ਗਰਮੀ ਤੋਂ ਨਿਜਾਤ ਪਾਉਣ ਲਈ ਜਿੱਥੇ ਸ਼ਰਦਾਈ ਦੇ ਜ਼ਰੂਰ ਆਪਾਂ ਕਾਊਂਟਰ ਦੇਖਦੇ, ਲੇਕਿਨ ਇੱਕ ਪੁਰਾਣਾ ਜਿਹੜਾ ਇੱਕ ਕਿਹਾ ਜਾਂਦਾ ਸੀ ਕਿ ਵਿੰਡ ਦਾ ਜੂਸ ਜਾਂ ਸੱਤੂ ਉਹ ਘੱਟ ਦੇਖਣ ਨੂੰ ਮਿਲਦਾ, ਲੇਕਿਨ ਜੇ ਤੁਸੀਂ ਬਟਾਲਾ ਦੇ ਵਿੱਚ ਆਓ ਤਾਂ ਸ਼ਾਇਦ ਇੱਕ ਸਟੋਲ ਇਹੋ ਜਿਹਾ ਤੁਹਾਨੂੰ ਸੱਤੂ ਦੋ ਬਟਾਲਾ ਜੂਸ, ਔਰ ਖਾਸ ਕਰਕੇ ਛੋਲਿਆਂ ਦਾ ਸੱਤੂ ਵੀ ਮਿਲੇਗਾ। ਛੋਲਿਆਂ ਦਾ ਸੱਤੂ ਸ਼ਾਇਦ ਘੱਟ ਹੀ ਸੁਣਨ ਨੂੰ ਮਿਲਦਾ ਹੋਵੇ, ਛੋਲਿਆਂ ਦਾ ਵੀ ਸੱਤੂ ਇਸ ਜਗ੍ਹਾ 'ਤੇ ਮਿਲਦਾ, ਔਰ ਛੋਲਿਆਂ ਦਾ ਸੱਤੂ ਇਹਦੇ ਨੌਜਵਾਨਾਂ ਲਈ ਜਿਹੜੇ ਜਿਮ ਦੇ ਵਿੱਚ ਜਾਂਦੇ ਨੇ ਉਹ ਫਿਲਮ ਦੇ ਤੌਰ 'ਤੇ ਉਹਨਾਂ ਲਈ ਤਿਆਰ ਕੀਤਾ ਜਾਂਦਾ, ਖਾਸ ਇੱਕ ਜੂਸ ਤਿਆਰ ਕੀਤਾ ਜਾਂਦਾ। ਔਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਤਿਆਰੀ ਹੋਊਗੀ ਸਵੇਰੇ, ਔਰ ਇਹਨਾਂ ਦੀ ਤਿਆਰੀ ਸਵੇਰ ਤੋਂ ਹੀ ਸ਼ੁਰੂ, ਕਿਉਂਕਿ ਜਿਮ ਦੇ ਜਾਂ ਜਿਹੜੇ ਸੈਰ ਕਰਨ ਵਾਲੇ ਲੋਕ ਨੇ ਉਹ ਇੱਥੇ ਪਹੁੰਚਦੇ ਨੇ ਔਰ ਮਿਲਦਾ ਜੂਸ ਲੈਂਦੇ ਨੇ। ਕਹਿੰਦੇ ਕਿ ਮਿਲਦਾ ਸਾਢੇ 5-6 ਵਜੇ ਆ ਜਾਂਦੇ ਆ, 6:30 ਵਜੇ ਕੰਮ ਸ਼ੁਰੂ ਹੋ ਜਾਂਦੇ ਆ, 6:30 ਵਜੇ ਫਿਰ ਰੂਟੀਨ 'ਚ, 6:30 ਵਜੇ ਰੂਟੀਨ 'ਚ ਭਾਅ ਜੀ ਸਭ ਤੋਂ ਪਹਿਲਾਂ ਆਉਂਦੇ ਜੀ ਸੈਰ ਵਾਲੇ, ਜਿਹੜੇ ਸਵੇਰੇ ਸੈਰ ਕਰਨ ਆਉਂਦੇ ਆ ਜਾਂ ਜਿਹਨਾਂ ਨੂੰ ਕੋਈ ਲੀਵਰ ਦੀ ਪ੍ਰੋਬਲਮ ਹੁੰਦੀ ਆ ਸਭ ਤੋਂ ਪਹਿਲਾਂ ਉਹ ਆਉਂਦੇ ਜੀ। ਲੀਵਰ ਵਾਲੇ ਬੰਦੇ ਆਉਂਦੇ ਜੇ ਸਾਨੂੰ ਆਹ ਪਾਣ ਕੇ ਦੱਸਦੇ ਵੀ ਮੇਰਾ ਆਹ ਠੀਕ ਹੋ ਗਿਆ ਜੀ, ਮੇਰਾ ਆਹ ਠੀਕ ਹੁੰਦਾ ਜੀ, ਇਹ ਲੀਵਰ ਵਾਸਤੇ ਇੱਕ ਦਵਾਈ ਹੈ ਭਾਅ ਜੀ। ਸੱਤੂ ਤੇ ਆਪਾਂ ਸੁਣਦੇ ਹੁੰਦੇ ਸੀ ਬਹੁਤ ਛੋਟੇ ਹੁੰਦੇ, ਹੁਣ ਤੇ ਸੱਤੂ ਵਾਲੀ ਅੱਗੇ ਰੇੜੀਆਂ ਵੀ ਲੰਘਦੀਆਂ ਸੀ, ਸੱਤੂ ਵੇਚਦੇ ਜਾਂ ਜੂਸ ਕਹਿੰਦੇ ਜਾਂ, ਮਤਲਬ ਉਹ ਚੀਜ਼ ਹੁਣ ਤੇ ਲੱਭਦੀ ਨਹੀਂ ਕਿਤੇ ਕੋਈ ਵੇਚਦਾ ਹੀ ਨਹੀਂ ਭਾਅ ਜੀ। ਭਾਅ ਜੀ ਇਸ ਨਾ ਹੁਣ ਲੋਕ ਹੋ ਗਏ ਕੋਲਡ ਡਰਿੰਕਾਂ ਵੱਲ, ਕੋਲਡ ਡਰਿੰਕਾਂ ਵੱਲ ਹੋ ਗਏ, ਕੋਲਡ ਡਰਿੰਕ ਦੇ ਇੱਕ ਜ਼ਹਿਰ ਜੇ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਜੇ, ਸਾਡੇ ਵੀ ਬਜ਼ੁਰਗ ਦਾਦਾ ਜੀ ਲਾਉਂਦੇ ਹੁੰਦੇ ਸੀ, ਉਦੋਂ ਤੋਂ ਬਸ ਪੀੜੀ ਦਰ ਪੀੜੀ ਚੱਲੀ ਆ ਰਿਹਾ ਕੰਮ, ਪੀੜੀ ਦਰ ਪੀੜੀ ਹੈ ਇੱਥੇ ਬਿਲਕੁਲ। ਭਾਅ ਜੀ ਆ ਜਾਓ ਗੱਲ ਕਰਦੇ ਤੁਹਾਡੇ ਨਾਲ ਵੀ, ਠੀਕ ਹੈ ਜੀ। ਜਦੋਂ ਪੀੜੀ ਦਰ ਪੀੜੀ ਚੱਲਦਾ ਪਿਆ ਫਿਰ ਕੰਮ ਆ ਮਹਾਰਾਜ ਤੁਹਾਡੇ ਸਾਹਮਣੇ ਹੀ ਹੈ, ਪਹਿਲਾਂ ਮੇਰਾ ਡੈਡੀ ਕਰਦਾ ਹੁੰਦਾ ਸੀਗਾ, ਅੱਛਾ ਜੀ, ਫਿਰ ਮੈਂ ਕਰਨ ਡਿਆ ਵਾਂ, ਆ ਜਾਓ ਅੱਗੇ ਹੋਣਾ ਛੋਟਾ ਬੱਚਾ ਵਾ ਤੁਹਾਡੇ ਸਾਹਮਣੇ, ਹਾਂਜੀ ਤੀਸਰਾ, ਤੀਸਰੀ ਪੀੜੀ ਹੋ ਗਈ ਆ। ਮਤਲਬ ਕਿੰਨੇ ਸਾਲ ਹੋ ਗਏ ਹੋਣਗੇ ਇਸ ਕੰਮ ਨੂੰ? ਮੈਨੂੰ ਆਪਣੇ ਤਾਂ 35 ਸਾਲ ਹੋ ਗਏ ਜੀ ਕੰਮ ਕਰਦੇ ਆ, ਅਤੇ ਕੋਈ 40-50 ਸਾਲ ਮੈਂ ਡੈਡੀ ਮੇਰੇ ਨੇ ਕੀਤਾ ਹੋਣਾ ਵਾ। ਮਤਲਬ 70 ਸਾਲ ਤੋਂ ਪੁਰਾਣਾ ਜਿਹੜਾ ਇਹ ਕੰਮ ਕਰਦਾ? ਹਾਂਜੀ ਹਾਂਜੀ, 70 ਸਾਲ ਨਹੀਂ, ਇਹ ਜਿਹੜਾ ਬਿੱਲ ਬਣਾ ਇਹ 1000 ਸਾਲ, ਤੁਹਾਡਾ ਜਿਹੜਾ ਸਾਡਾ ਕੰਮ 70 ਸਾਲ ਹੋ ਸਕਦਾ ਵਾ, ਜਿਹੜਾ ਬਿੱਲ ਦਾ ਜੂਸ ਹੈ 1000 ਸਾਲ ਪੁਰਾਣਾ ਵਾ, ਕਿਉਂਕਿ ਸ਼ਿਵਜੀ ਭੋਲੇ 'ਤੇ ਚੜ੍ਹਦਾ ਵਾ ਬਿੱਲ ਪੱਤਰ, ਸਾਰਿਆਂ ਨੂੰ ਪਤਾ ਬਿੱਲ ਪੱਤਰ ਸ਼ਿਵਜੀ ਭੋਲੇ 'ਤੇ ਚੜ੍ਹਦਾ ਵਾ, ਅਤੇ ਇਹਦੇ ਫਾਇਦਿਆਂ ਤਾਂ ਕਿਸੇ ਨੂੰ ਨਹੀਂ ਪਤਾ, ਵੀ ਚੜ੍ਹਾਉਣ ਦਾ ਹੀ ਪਤਾ ਮੰਦਰ ਚੜ੍ਹਾ ਦਿੰਦਾ ਵਾ ਅਤੇ ਮੱਥਾ ਟੇਕ ਕੇ ਆ ਜਾਂਦਾ ਵਾ, ਇਹਦੇ ਫਾਇਦੇ ਤੁਸੀਂ ਮੰਨਣਾ ਨਹੀਂ ਹੈਗਾ। ਮੇਰੇ ਕੋਲ ਬੰਦੇ ਆਉਂਦੇ ਆ ਕਹਿੰਦੇ ਜਿਹਨੂੰ ਥਾਈਰੋਇਡ ਹੋਵੇ, ਪੈਰਾਂ 'ਚ ਸੋਜ ਹੋ ਜਾਂਦੀ ਹੈ, ਉਹਨੇ 3-4 ਦਿਨ ਪੀਤਾ ਕਹਿੰਦਾ ਯਾਰ ਮੇਰਾ ਬੜਾ ਫਰਕ ਪੈਣ ਡਿਆ ਜੀ। ਹੁਣ ਇੱਕ ਜਨਾਨੀ ਆਉਣ ਲਈ ਮੇਰੇ ਕੋਲ ਸਰਵਾਈਕਲ ਵਾਲੀ, ਉਹਦੇ ਦਿਮਾਗ ਪਤਾ ਹੀ ਤਾਂ ਸੁਣਨ ਹੋ ਜਾਂਦਾ, ਮੈਨੂੰ ਸਰਵਾਈਕਲ ਦਾ ਪਤਾ ਵੀ ਨਹੀਂ ਹੈ ਕੀ ਹੁੰਦਾ ਵਾ, ਉਹ ਕਹਿੰਦੀ ਸਰਵਾਈਕਲ ਮੇਰੇ ਦਿਮਾਗ ਸੁਣਨ ਹੋ ਜਾਂਦਾ ਇੱਦਾਂ ਜਾਂ ਇੱਦਾਂ ਜਾਂਦਾ, ਅਤੇ ਉਹ ਵੀ ਠੀਕ ਹੋਣ ਡਈ ਆ, ਰੋਜ਼ ਸਵੇਰੇ 6:30 ਆ ਜਾਂਦੀ ਉਹ ਬਿੱਲ ਦਾ ਜੂਸ ਪੀਓ, ਸੱਤੂ ਪੀਓ ਬਿੱਲ ਦਾ ਜੂਸ ਪੀਓ, ਕੰਮ ਇੱਕੋ ਹੀ ਹੈ ਦੋਨਾਂ ਦਾ, ਕਿਉਂਕਿ ਜਦੋਂ ਤੁਹਾਡਾ ਲੀਵਰ ਸਹੀ ਹੋ ਗਿਆ ਨਾ ਸਾਰੀਆਂ ਬਿਮਾਰੀਆਂ ਨਿਕਲਦੀਆਂ ਲੀਵਰ ਤੋਂ, ਜਦੋਂ ਲੀਵਰ ਤੁਹਾਡਾ ਠੀਕ ਆ ਤਾਂ ਬਾਕੀ ਸਭ ਕੁਝ ਠੀਕ ਹੋ ਜਾਣਾ। ਕੋਈ ਗਾਹਕ ਕਿੱਦਾਂ ਦਾ ਲੈਂਦਾ? ਗਾਹਕ ਬਹੁਤ ਵਧੀਆ ਜੀ, ਬਹੁਤ ਵਧੀਆ, ਗਾਹਕ ਸਮਝਾਉਣ ਦੀ ਲੋਕਾਂ ਨੂੰ ਸਮਝਾਉਣ ਦੀ ਲੋੜ ਪੈਂਦੀ ਪਈ ਹੈ ਕਿ ਬਿੱਲ ਦਾ ਜੂਸ ਸਿਹਤ ਲਈ ਚੰਗਾ ਯਾਰ, ਪੀਓ ਆ ਕੇ ਕਿੱਦਾਂ? ਮਹਾਰਾਜ ਮੈਨੂੰ ਸਮਝਾਉਣ ਦੀ ਲੋੜ ਹੀ ਨਹੀਂ ਪੈਂਦੀ, ਗਾਹਕ ਨੂੰ ਆਪੇ ਦੱਸੀ ਜਾਂਦੇ ਨੇ, ਆਪਣੇ ਆਪ ਹੀ ਦੱਸੀ ਜਾਂਦੇ ਨੇ ਗਾਹਕ ਨੂੰ, ਇੱਕ ਗਾਹਕ ਕਹਿੰਦਾ 10 ਗਾਹਕ ਨਾਲ ਹੋਰ ਭੇਜ ਦਿੰਦਾ ਵਾ, ਲਓ ਜੀ
ਹੈ ਅਤੇ ਬਿਲ ਦਾ ਜੂਸ ਮਿਲਦਾ ਜੀ ਉੱਥੇ ਜਾਓ, ਅਤੇ ਸੱਤੂ ਮਿਲਦਾ ਜੀ ਉੱਥੇ ਜਾਓ। ਬਿਲਕੁਲ ਭਾਜੀ, ਤੁਸੀਂ ਦੱਸ ਰਹੇ ਸੀ ਕਿ ਆਹ ਛੋਲਿਆਂ ਦਾ ਸੱਤੂ ਵੀ ਹੈ, ਛੋਲਿਆਂ ਦਾ ਸੱਤੂ ਕਾਹਦੇ ਲਈ? ਇਹ ਛੋਲਿਆਂ ਦਾ ਸੱਤੂ ਭਾਜੀ ਸਪੈਸ਼ਲੀ ਜਿੰਮ ਵਾਲੇ ਮੁੰਡਿਆਂ ਵਾਸਤੇ ਹੁੰਦਾ, ਜਿਹੜੇ ਅੱਜ ਮੈਂ ਪ੍ਰੋਟੀਨ ਪੀਂਦੇ ਆ। ਇਹ ਤੁਸੀਂ ਸਾਡੇ ਕੋਲੋਂ ਇਹ ਤੁਹਾਡਾ ਪ੍ਰੋਟੀਨ ਛਿੜਾ ਦੂਗਾ, ਪੱਕਾ ਮੈਂ ਗਰੰਟੀ ਤੁਹਾਨੂੰ ਕਹਿੰਦਾ। ਇਹ ਦੇਸੀ ਪ੍ਰੋਟੀਨ ਆ, ਚਣੇ ਵੇਖ ਲਓ, ਚਣੇ ਸਭ ਤੋਂ ਪਹਿਲਾਂ ਤੁਹਾਡਾ ਸਾਹ ਪੱਕਾ ਕਰਦਾ ਜੀ, ਸਾਹ ਪੱਕਾ ਕਰਦਾ ਜੀ। ਜਿੱਦਾਂ ਆਪਾਂ ਜਿੰਮ ਲੈਂਦੇ ਹਾਂ, ਜਿੰਮ ਤੋਂ ਸਭ ਤੋਂ ਜ਼ਰੂਰੀ ਸਾਨੂੰ ਚਾਹੀਦਾ ਸਾਹ ਪੱਕਾ। ਇਹ ਸਾਹ ਪੱਕਾ ਅਤੇ ਇੱਕ ਇਹ ਪ੍ਰੋਟੀਨ ਦਾ ਸਰੋਤ ਹੈ ਭਾਅ ਜੀ। ਇਹਦੇ ਵਿੱਚ ਜਿੰਮ ਵਾਲੇ ਮੁੰਡਿਆਂ ਵਾਸਤੇ ਕੇਲੇ ਬਹੁਤ ਵਧੀਆ ਹੁੰਦੇ ਆ, ਤਾਂ ਕਹਿੰਦੇ ਕੇਲੇ ਇਹਨਾਂ ਨੂੰ ਖਾਣੇ ਚਾਹੀਦੇ ਆ। ਇਹਦੇ ਵਿੱਚ ਦੁੱਧ ਵੀ ਪੈਂਦਾ ਅਤੇ ਕੇਲੇ ਵੀ ਫਰੈਸ਼ ਪੈਂਦੇ। ਇੱਕ ਇਹਦਾ ਟੇਸਟ ਭਾਅ ਜੀ ਬਹੁਤ ਵਧੀਆ ਬਣਦਾ ਜੀ, ਮਤਲਬ ਇੱਕ ਨੈਚੁਰਲ ਪ੍ਰੋਟੀਨ ਹੈ, ਨੈਚੁਰਲ ਪ੍ਰੋਟੀਨ ਹੈ, ਨੈਚੁਰਲ ਡਰਿੰਕ ਹੈ ਭਾਅ ਜੀ। ਅੱਗੇ ਜਿੱਦਾਂ ਆਪਾਂ ਰੈੱਡ ਬੁੱਲ ਆ ਪੀਂਦੇ ਹਾਂ ਐਨਰਜੀ ਵਾਸਤੇ, ਰੈੱਡ ਬੁੱਲ ਭਾਅ ਜੀ ਸਾਡੇ ਕੋਲ ਆਣ ਕੇ ਆ ਪੀਓ ਚਣਿਆਂ ਦਾ ਸੱਤੂ, ਰੈੱਡ ਬੁੱਲ ਨੂੰ ਭੁੱਲ ਜਾਓਗੇ, ਮੈਂ ਤਾਂ ਗਰੰਟੀ ਨਾਲ ਕਹਿੰਦਾ ਜੀ। ਬਿਲਕੁਲ, ਤੁਸੀਂ ਤਸਵੀਰਾਂ ਦੇਖਿਆ ਕਿ ਕਹਿੰਦੇ ਗਰਮੀਆਂ ਦੀ ਸੁਗਾਤ ਨਹੀਂ, ਗਰਮੀਆਂ ਦਾ ਤੋਹਫਾ ਇਸ ਕਰਕੇ ਕਿ ਕੁਛ ਮਹੀਨਿਆਂ ਲਈ ਜਿਹੜਾ ਬਿੱਲ ਦਾ ਔਰ ਲੋਕ ਵੀ ਜਿਹੜੇ ਨੇ ਇੱਥੇ ਸਵੇਰ ਤੋਂ ਹੀ ਲਾਈਨਾਂ ਬਣਾ ਕੇ ਆ ਜਾਂਦੇ ਨੇ, ਸੈਰ ਕਰਨ ਵਾਲੇ ਵੀ ਆਉਂਦੇ ਨੇ, ਜਿਮ ਵਾਲੇ ਨੌਜਵਾਨ ਆਉਂਦੇ ਨੇ, ਉਹਨਾਂ ਲਈ ਇੱਕ ਵੱਖਰਾ ਛੋਲਿਆਂ ਦਾ ਸੱਤੂ ਤਿਆਰ ਹੋ ਰਿਹਾ, ਔਰ ਉਹ ਇੱਕ ਪ੍ਰੋਟੀਨ ਡਰਿੰਕ, ਜਿਹਨੂੰ ਐਨਰਜੀ ਡਰਿੰਕ ਵੀ ਕਿਹਾ ਜਾ ਸਕਦਾ ਕਿ ਐਨਰਜੀ ਡਰਿੰਕ ਹੈ, ਨੈਚੁਰਲ ਐਨਰਜੀ ਡਰਿੰਕ। ਔਰ ਇਹ ਸਟੋਲ ਦੀ ਜੇ ਕਹਿ ਲਈਏ ਕਿ ਸਵੇਰੇ ਹੀ ਲੋਕਾਂ ਨੂੰ ਉਡੀਕ ਹੁੰਦੀ ਹੈ ਕਿ ਇਹ ਕਦੋਂ ਸਟੋਲ ਖੁੱਲ੍ਹੇਗਾ ਅਤੇ ਕਦੋਂ ਆਪਾਂ ਇੱਥੇ ਪਹੁੰਚ ਕੇ ਆਪਣੇ ਸਵਾਦ ਦੇਖਾਂਗੇ, ਔਰ ਉਹਦੇ ਨਾਲ ਨਾਲ ਸਿਹਤ ਦਾ ਵੀ ਧਿਆਨ ਰੱਖਾਂਗੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ ਲਈ ਗੁਰਦਾਸਪੁਰ।